ਲਓ ਬਈ ਸੁਣ ਲਓ ਮੇਰੀ ਗੱਲ ਯਾਰ, ਕਮੈਂਟਰੀ ਜੀ ਚਲਾ ਲਓ ਯਾਰ। ਪੰਜ ਮਿੰਟ ਲੱਗਣਗੇ ਵੀ ਕਮੈਂਟਰੀ 'ਤੇ ਸਟਾਰਟ ਹੋਣ 'ਤੇ, ਅਤੇ ਵੀਰੇ ਦੇਖ ਲਓ ਹੁਣ 1000 ਤੋਂ ਟੱਪਣੇ ਚਾਹੀਦੇ ਆ, ਅਤੇ ਸ਼ੇਅਰ ਤੁਸੀਂ ਕਰਨਾ ਬਾਈ। ਚਲਾਉਂਦੇ ਆ ਵੀ ਪੰਜ ਕੁ ਮਿੰਟ ਲੱਗ ਜਾਣਗੇ, ਟਰੈਕਟਰ ਲੈਣ ਜਾ ਰਹੇ ਘਰੋਂ। ਚਾਰ ਰਨ ਹੋ ਗਏ ਵੀ, ਬੈਟਿੰਗ 'ਤੇ ਬਈ ਸਟ੍ਰਾਈਕ 'ਤੇ ਹੈਗਾ ਸ਼ੰਭੂ, ਨੋਨ ਸਟ੍ਰਾਈਕ 'ਤੇ ਆ ਫੌਜੀ, ਅਤੇ ਪਹਿਲਾ ਓਵਰ ਕਰ ਰਿਹਾ ਆਪਣਾ ਉਸਤਾਦ ਜੱਗਾ ਹੋਲਡੇ ਵਾਲਾ। ਪਹਿਲੀ ਗੇਂਦ ਡੋਰ ਸੀ ਵੀ ਯੋਰਕਰ ਔਰ ਵਰਲਡ ਥਾਪੀ, ਜੱਗੇ ਹੋਲਡੇ ਵਾਲੇ ਦੀ ਥਾਪੀ ਬਈ ਬੋਲਡ ਕਰਕੇ ਸ਼ੰਭੂ ਨੂੰ। ਪਹਿਲੀ ਡੋਰ ਸੀ ਵੀਰੇ, ਅਤੇ ਅਗਲੀ 'ਤੇ ਚੌਕਾ, ਉਸ ਤੋਂ ਅਗਲੀ 'ਤੇ ਬੋਲਡ। ਹਾਂ ਬਈ, ਫਾਈਨਲ ਤੋਂ ਪਹਿਲਾ ਫਾਈਨਲ ਮੈਚ ਆ, ਵੱਧ ਤੋਂ ਵੱਧ ਸ਼ੇਅਰ ਕਰਨੀ ਆ ਮੇਰੇ ਵੀਰੋ। ਅਤੇ ਜਦ ਤੱਕ ਕਮੈਂਟਰੀ ਨਹੀਂ ਚੱਲਦੀ ਮੈਂ ਤੁਹਾਨੂੰ ਦੱਸੀ ਜਾਂਦਾ ਵੀ 3 ਬਾਲਾਂ ਹੋ ਗਈਆਂ, 4 ਰਨ ਹੋ ਗਏ, ਅਤੇ ਸ਼ੰਭੂ ਬੋਲਡ ਜੱਗੇ ਦੀ ਪਹਿਲੀ ਗੇ ਬੋਲਡ ਕਰਕੇ ਥਾਪੀ। ਲਓ ਵੀ ਹੁਣ ਆਇਆ ਸਟ੍ਰਾਈਕ 'ਤੇ ਜੌਂਟੀ ਗੋਬਿੰਦਗੜ੍ਹ। ਜਿੰਨੇ ਵੀ ਮੇਰੇ ਵੀਰ ਦੇਖ ਰਹੇ ਆ, ਜਿਨ੍ਹਾਂ ਨੇ ਵੀਡੀਓ ਸ਼ੇਅਰ ਨਹੀਂ ਕੀਤੀ ਬਾਈ, ਉਹ ਵੀਡੀਓ ਸ਼ੇਅਰ ਕਰ ਦਿਓ। ਸਰਾ ਬਾਈ ਬੋਲ ਹੈ, ਚੌਥੀ ਬੋਲ ਡੋਟ ਬਈ, ਆ ਵੀ ਉਹ ਲੋਟ ਹੈ ਬਾਈ। ਲਓ ਜੀ, ਅਜੂਬਾ ਕਹਿੰਦੇ ਸਟ੍ਰਾਈਕ 'ਤੇ ਹੈ, ਅਤੇ ਸਾਹਮਣੇ ਕਹਿੰਦੇ ਥਾਪੀਆਂ ਦਾ ਬਾਦਸ਼ਾਹ ਜੱਗਾ ਹੋੜਲੇ ਵਾਲਾ। ਅਗਲੀ ਬਾਲ ਜੱਗੇ ਦੀ, ਅਤੇ ਸਿਰੇ ਦਾ ਸ਼ਾਟ, ਅਤੇ ਅੱਗੇ ਅੰਬਰ 'ਤੇ ਕੈਚ ਆਊਟ। ਲਓ ਜੀ, ਕਹਿੰਦੇ ਜੌਂਟੀ ਵੀ ਤੋਰਤਾ ਸਿਰੇ ਦੇ, ਜੌਂਟੀ ਵੀ ਤੋਰਤਾ। ਦੋ ਬਾਲਾਂ, ਇੱਕ 5 ਬਾਲਾਂ, 4 ਰਨ, ਅਤੇ ਕਹਿੰਦੇ ਜੌਂਟੀ ਵੀ ਤੋਰਤਾ। ਤੋਰਤਾ ਵੀ ਹੋਈ ਆ ਅਜੂਬਾ ਉਸਤਾਦ ਨੇ, ਜੱਗੇ ਹੋਰਲੇ ਵਾਲੇ ਨੇ। ਲਓ ਕਹਿੰਦੇ ਅਗਲਾ ਬੈਟਸਮੈਨ, ਬਾਈ ਦਾ ਨਾਮ ਮੈਨੂੰ ਪਤਾ ਨਹੀਂ, ਅਤੇ ਅਗਲੀ ਲਾਸਟ ਬੋਲ ਓਵਰ ਦੀ, ਉਹ ਬਹੁਤ ਸੋਹਣੀ ਗੇਂਦ 'ਤੇ ਕਹਿੰਦੇ ਵਾਈਡ ਬੋਲ ਹੋ ਚੁੱਕੀ ਹੈ, ਵਾਈਡ ਬੋਲ ਹੋ ਚੁੱਕੀ ਹੈ। ਹਾਂ ਬਈ, ਅਤੇ ਲਾਸਟ ਬੋਲ ਫਿਰ ਕਹਿੰਦੇ ਜੱਗਾ ਦੁਬਾਰਾ ਕਰੇਗਾ, ਜੱਗਾ ਕਹਿੰਦੇ ਹੋੜਲੇ ਦੇ ਪਿੰਡ ਦਾ, ਹੋੜਲੇ ਪਿੰਡ ਦਾ। ਉਹ ਸਿਰੇ ਦੀ ਬਾਲ 'ਤੇ ਕਹਿੰਦੇ ਡਾਟ ਬੋਲ ਲੈ, ਵੀ ਜੱਗੇ ਨੇ 4 ਰਨਾਂ 'ਤੇ ਓਵਰ ਲਾਤਾ। ਇੱਕ ਓਵਰ 4 ਰਨ, 2 ਆਊਟ, 5 ਹੈ, 1 ਵਾਈਡ ਆਈ ਹੈ ਵੀ, 5 ਹੋ ਗਏ। ਹੋਰ ਕੀ ਕਰੀਏ ਜੀ, ਕਮੈਂਟਰੀ ਵਾਲੇ ਤਾਂ ਕਰਦੇ ਨਹੀਂ, ਆਪਾਂ ਨੂੰ ਹੀ ਬੋਲਣਾ ਪਊਗਾ। ਲਓ ਵੀ ਕਹਿੰਦੇ ਤੇਜ਼ੀ ਹੋੜਲੇ ਵਾਲੇ ਵੱਲੋਂ ਹੋੜਲੇ ਟੀਮ ਨੂੰ ਬੈਸਟ ਆਫ ਲੱਕ ਆਈ ਹੈ, ਜੱਗੇ ਦੇ 100 ਕਰੀਬ। ਕੀ ਬਈ ਹਿੰਦੇ ਜੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਵੀਡੀਓ ਨੂੰ, ਹਜੇ ਤਾਂ 500 ਵੀ ਨਹੀਂ ਹੋਏ। ਕਈ ਨਾ ਬਈ ਲਿਆਉਂਦੇ ਆ, ਟਰੈਕਟਰ ਲੈਣ ਗਏ ਆ, 5 ਮਿੰਟ ਲੱਗ ਜਾਣਗੇ, ਹੀਰੇ ਦੀ ਬੈਟਿੰਗ ਤੱਕ ਆ ਜੂਗੀ ਕਮੈਂਟਰੀ। ਲਓ ਕਹਿੰਦੇ ਦੂਜਾ ਓਵਰ ਅੰਬਰ ਲੈ ਕੇ ਆਇਆ, ਅਤੇ ਸਾਹਮਣੇ ਹੈ ਕਹਿੰਦੇ ਫੌਜੀ, ਫੌਜੀ ਕਹਿੰਦੇ ਆ ਗਿਆ ਸਾਹਮਣੇ, ਅਤੇ ਮੇਰੇ ਵੀਰੋ ਸਿਰਾ ਹੋਇਆ ਪਿਆ, ਐਵੇਂ ਸਵਾਦ ਆ ਰਿਹਾ। ਲਾਈਕ 'ਤੇ ਲਾਈਕ ਆ ਰਹੇ ਆ, ਸ਼ੇਅਰ ਵੀ ਕਰਦੇ ਮੇਰੇ ਨਾਲ ਨਾਲ ਵੀਰੇ। ਉੱਧਰੋਂ ਸਾਡਾ ਵੀਰ ਫੋਟੋਗ੍ਰਾਫਰ ਵੀ ਆ ਚੁੱਕਿਆ, ਫੋਟੋਆਂ ਪਾਵਾਂਗੇ। ਉਹ ਬਹੁਤ ਸੋਹਣੀ ਬੋਲ ਅਤੇ ਬਹੁਤ ਸੋਹਣੀ ਟਰਾਈ ਜੋਤ ਹੋੜ ਲੈਲੇ ਦੀ, ਲੇਕਿਨ ਚੌਕਾ ਟੱਪ ਚੁੱਕਿਆ ਮੇਰੇ ਵੀਰੋ।
ਟਾਈਮ ਪਾਸ ਕਰਾਈ ਜਾਂਦਾ ਬਾਈ ਤੁਹਾਡਾ, ਹੋਰ ਤਾਂ ਕੀ ਹੈ, ਤੁਸੀਂ ਬੋਰ ਹੋ ਜਾਓਗੇ ਨਹੀਂ ਤਾਂ, ਖੜਕਾਇਆ ਸੁਣ ਸੁਣ ਕੇ ਬਾਈ। ਲਾਈਟ ਵਾਲੀ ਤਾਰ ਮੱਚ ਗਈ ਸੀ ਅਤੇ ਹੁਣ ਜਨਰੇਟਰ ਲੈਣ ਗਏ ਹੋਏ ਆ ਟਰੈਕਟਰ 'ਤੇ। ਨਿਊ ਬੈਟਸਮੈਨ ਦਾ ਨਾਮ ਵੀਰੇ ਪਤਾ ਨਹੀਂ, ਫੌਜੀ ਆਇਆ ਹੋਇਆ ਸਟ੍ਰਾਈਕ 'ਤੇ, ਅਤੇ ਬੋਲ ਗਈ ਹੈ ਗੱਗੀ ਹੋਰਲੇ ਕੋਲ। ਦੇਖੋ ਜੀ ਕਹਿੰਦੇ ਸਿਰਾ ਹੋਇਆ ਪਿਆ ਅਗਲੀ ਬੋਲ ਅੰਬਰ ਦੀ, ਬਹੁਤ ਸੋਹਣਾ ਸ਼ਾਟ ਤੇ ਕਮੈਂਟਰੀ ਵਿੱਚ ਆ ਲਓ, ਬਹੁਤ ਤਕੜਾ ਤੇ ਚੋਟੀ ਦਾ ਖੇਡਿਆ ਜਾ ਰਿਹਾ, ਬਹੁਤ ਤਕੜਾ ਕਹਿੰਦੇ ਜੋਲ ਵਾਲੀ ਧਰਤੀ ਦਾ ਮੁੰਡਾ ਜਿਹੜਾ ਬਾਲਾ ਪਾ ਰਿਹਾ ਇਹਦਾ, ਕਹਿੰਦੇ ਜਿਹੜਾ ਫਰੀਦਕੋਟ ਹੈ ਮੁੰਡਾ ਤਿੰਨ ਮੋਟਰਸਾਈਕਲ ਜੇਤੂ ਹੈ, ਹੁਣ ਤਾਂ ਕਹਿੰਦੇ ਸ਼ੇਰ ਯਾਰੋ। ਤਾਂ ਦੇਖੋ ਦੂਜੇ ਪਾਸੇ ਟੀਮ ਜਿਹੜੀ ਗੋਬਿੰਦਗੜ੍ਹ ਮੰਡੀ ਦੀ ਹੈ, ਟੀਮ ਬਿਲਕੁਲ ਕਹਿੰਦੇ ਪੂਰੀ ਸਮਾਸਿਆ ਵਿੱਚ ਕਹਿ ਸਕਦੇ ਹਾਂ। ਲਓ ਛੋਟਾ ਚੌਟੀ ਕਹਿੰਦੇ ਗੋਬਿੰਦਗੜ੍ਹ ਦੀ ਧਰਤੀ ਦਾ ਕਹਿੰਦੇ ਅਗਲਾ ਬੱਲੇਬਾਜ਼ ਹੈ ਜਿਹਦਾ ਕਹਿੰਦੇ ਮਾਜੀ ਦੇ ਕੱਪ ਦੇ ਪੱਤੇ ਮਾਨ ਕੀਤੇ ਗਏ ਹੈ। ਨਾ ਕਹਿੰਦੇ ਸਟ੍ਰੈਕ ਤੇ ਫੌਜੀ ਨਾਮ ਹੈ, ਨਾ ਗੋਬਿੰਦਗੜ੍ਹ ਦੀ ਧਰਤੀ ਹੈ, ਕਾਸਕੋ ਦੇ ਵਿੱਚ ਦੁਨੀਆ ਉਸਤਾਦ ਦੇ ਨਾਲ ਜਾਣਦੀ ਹੈ। ਨਾ ਫੌਜੀ ਕਹਿੰਦੇ ਗੋਬਿੰਦਗੜ੍ਹੀਆ ਕਹਿੰਦੇ ਸਟ੍ਰਾਈ ਕਰ ਰਹੇ ਹੈ, ਅੰਬਰ ਹੈ ਕਹਿੰਦੇ ਜੋਨ ਦੀ ਧਰਤੀ ਦਾ ਮੁੰਡੇ ਨੇ ਤਿੰਨ ਮੋਟਰਾਂ ਜਿੱਤ ਕੇ ਦੁਨੀਆ ਭਰ ਚ ਕਹਿੰਦੇ ਨਾਮ ਖੜਵਾਇਆ। ਉਹਦੇ ਛੋਟਾ ਹੀਰਾ ਕਹਿੰਦੇ ਦੇਖਣਾ ਸੋਹਣੀ ਫੀਲਡਿੰਗ ਜਿਹੜੀ ਆਪਣ ਕਰ ਗਿਆ ਮੈਚ ਤਕੜਾ ਹੈ। ਚੋਟੀ ਦਾ ਜਿਹੜੇ ਜਿਹੜੇ ਕਹਿੰਦੇ ਮੈਚ ਤਕੜਾ ਤਾਰੀ ਮਾਰੇ ਕੋਈ ਜ਼ੋਰਦਾਰ ਹੈ, ਕਿਉਂਕਿ ਸਿਰੇ ਦਾ ਲਹਿਰੇ ਮੁਹੱਬਤ ਵਾਲਾ ਮੈਚ ਖੇਡਿਆ ਜਾ ਰਿਹਾ ਹੈ। ਗੱਲ ਲੱਖੀ ਲਹਿਰੇ ਵਾਲ ਨਾਲ ਕਰੇ, ਉਹ ਕਹਿੰਦੇ ਸਿਰੇ ਦਾ ਮੈਚ ਹੈ, ਬਹਿਣਾ ਉਹਦਾ ਬੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਹੋ ਗਿਆ ਵੀ ਜੰਤੀ ਚੌਣ ਵਾਲੀ ਦੀ ਧਰਤੀ ਦਾ ਖਤਰੇ ਬਦਾਮ ਜੀ ਨੇ ਮੰਗਣਾ ਹੁਸੇ ਨੇ ਹੀ ਗੋਟੀਆਂ ਲਵਾਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਕਿ ਖਾਧੀਆਂ ਖੁਰਾਕਾਂ ਕਾਮੇ ਆਉਣੀਆਂ, ਕਹਿੰਦੇ ਮਾਰੀਆਂ ਮਿਹਨਤਾਂ ਕੰਮ ਆਉਣੀਆਂ। ਅੰਬਰ ਨਾ ਫਰੀਦਕੋਟ ਜ਼ਿਲ੍ਹਾ ਹੈ, ਵੇਖੋ ਤਕੜੀ ਬਾਲ ਕਰ ਦਿੱਤੀ ਹੈ, ਪਰ ਇੱਧਰ ਵੇਖੋ ਹੋਰਲੇ ਦੀ ਧਰਤੀ ਦਾ ਜਿਹਨੇ ਸ਼ਬੜ ਨੂੰ ਥਾਪੀ ਮਾਰੀ ਤੇ ਪੱਬ ਜ਼ਮੀਨ ਤੋਂ ਕਹਿੰਦੇ 3 ਫੁੱਟ ਉੱਚੇ ਚੁੱਕੇ ਸੀ, ਉਹ ਵੀ ਕਹਿੰਦੇ ਦੁਨੀਆਂ ਨੇ ਦੇਖਿਆ। ਓਵਰ ਦੀ ਸਮਾਪਤੀ ਰਣ ਦੱਸੀ ਕਿੰਨੇ ਹੈ, 17 ਰਨ ਹੈ, 2 ਰਨ ਇਸ ਮਾਤੀ ਦੇ ਕਹਿੰਦੇ 17 ਰਨ ਹੋ ਚੁੱਕੇ ਹੈ। ਲਓ ਵੇਖੋ ਕਹਿੰਦੇ ਸਿਰੇ ਦਾ ਮੈਚ ਹੈ, ਯੋਧ ਆ ਗਿਆ ਵੀ ਮੈਚ ਹੋਣਗੇ ਟਿਕਾਣੇ ਜਾਂ ਟਾਉਣਗੇ ਕਿ ਪਤਾ ਲੱਗ ਜੂ ਕਿੰਨਾ ਕਢੂੰਗਾ ਪਾਣੀ। ਕੁੰਡੀਆਂ ਦੇ ਸਿੰਘ ਫਸ ਗਏ ਅੱਜ, ਨਿੱਤਰੂ ਵੀ ਬੜੇ ਮੇਖਾਣੇ, ਕੁੰਡੀਆਂ ਦੇ ਸਿੰਘ ਫਸ ਗਏ ਅੱਜ, ਨਿੱਤਰੂ ਬੜੇ ਮੇਖਾਣੇ। ਯੋਤ ਹੋਰਲੇ ਵਾਲਾ ਢੈਪੀ ਦੇ ਲਾਗੇ ਹੋਰਲਾ ਪਿੰਡ ਹੈ ਚੋਟਲਾ, ਤੇ ਇੱਧਰ ਕਹਿੰਦੇ ਫੌਜੀ ਉਸਤਾਦ ਆ, ਫੌਜੀ ਉਸਤਾਦ ਹੈ, ਮੰਨੀ ਪਰਮੰਨੀ ਟੀਮ ਹੈ, ਕਹਿੰਦੇ ਮੰਡੀ ਗੋਬਿੰਦਗੜ੍ਹ ਦੀ, ਦੂਸਰੇ ਪਾਸੇ ਹੋਰਲੇ ਦੀ ਟੀਮ ਹੈ, ਇਹ ਦੁਨੀਆਂ ਦੇ ਸੁਪਰ ਸਟਾਰ ਖੇਡਦੇ ਆ, ਦੁਨੀਆਂ ਦੇ ਸੁਪਰ ਸਟਾਰ ਖੇਡਦੇ। ਸਾਹਮਣੇ ਫੌਜੀ ਕਹਿੰਦੇ ਗੋਬਿੰਦਗੜ੍ਹ ਦੀ ਧਰਤੀ ਦਾ, ਜਦੋਂ ਛੱਕੇ ਮਾਰਦਾ ਨਾ ਤੇ ਕਹਿੰਦੇ ਦੁਨੀਆਂ ਗੱਲਾਂ ਕਰਦੀ ਹੈ, ਨਗਰੀ ਬਾਲ ਕੀਤੀ ਜਾ ਰਹੀ ਹੈ। ਲਓ ਵੇਖੋ ਸਿਰੇ ਦੀਆਂ ਵਾਲਾਂ ਜੋਤ ਕਹਿੰਦੇ ਹੋਣ ਲੱਗੀ ਧਰਤੀ ਦਾ, ਇਹ ਮੁੰਡਾ ਕਹਿੰਦੇ ਸੰਤੋਆਂ ਦੇ ਨਾਲੇ ਨੂੰ ਕਹਿੰਦੇ ਕਰਦਾ ਹੈ ਤੇ ਨਾਮ ਕਹਿੰਦੇ ਇਹਦਾ ਪੂਰਾ ਚੱਲਦਾ ਹੈ। ਤਾਂ ਸਾਹਮਣੇ ਫੌਜੀ ਹੈ ਕਹਿੰਦੇ ਦੇਖਣ ਯੋਗ ਹੈ, ਸਿਰੇ ਦਾ ਮੈਚ ਆ, ਮਸੀਤਾਂ ਵਾਲਿਆ ਡਾਂਗ ਕਹਿੰਦੇ ਖੜਕ ਰਹੀ ਆ, ਡਾਂਗ ਕਹਿੰਦੇ ਖੜਕ ਰਹੀ ਹੈ। ਕੀ ਫੈਸਲਾ ਹੈ, ਉਹ ਚੱਲ ਕੋਈ ਗੱਲ ਨੀ ਯਾਰ ਬਾਈ, ਕੁਛ ਨੀ ਹੁੰਦਾ, ਆ ਜਾ ਆ ਜਾ ਫੈਸਲਾ ਭਾਜੀ, ਉਹ ਕੋਈ ਗੱਲ ਨੀ ਯਾਰ ਫੈਸਲਾ ਬਹਿਰ ਦਾ ਵੀਰੇ ਅੰਤ ਮੈਂ ਕਮੇਟੀ ਵਾਲੇ ਕਹਿ ਰਹੇ ਆ, ਹੀਰੇ ਲਾਈਟ ਵਾਲਾ ਵੀਰੇ ਕਹਿੰਦੇ ਕਮੇਟੀ ਵਾਲੇ ਕਹਿੰਦੇ ਕਿ ਬਹਿਰ ਦਾ ਫੈਸਲਾ ਕਰਵਾ। ਹੈਲੋ ਤਕੜਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਵਿੱਚ। ਇੱਧਰ ਕਹਿੰਦੇ ਮਰੂਤੀ ਵੀ ਪੁੱਛ ਗਈ ਹੈ, ਇੱਕ ਵਾਰੀ ਤਾਰੀ ਦਾ ਮਾਰੋ ਮਰੂਤੀ ਬੜੀ ਵੀ ਫੈਸ਼ਨ ਦਿੱਤੀ ਜਾਣੀ ਹੈ। ਆਹ ਦੇਖੋ
ਅਗਲੀ ਬਾਹ ਦੇ ਸਾਹਮਣੇ ਫੌਜੀ ਐਵੇਂ ਦੁਨੀਆ ਮਾਰਦੀ ਕਾਸਕੋ ਦੇ ਵਿੱਚ ਫੌਜੀ ਗੋਬਿੰਦਗੜ੍ਹ ਦੁਨੀਆ ਉਸਤਾਦ ਕਹਿੰਦੀ ਹੈ ਲੰਘ ਜਾਵੇ ਵਧੀਆ ਛੱਕਾ ਦੁਨੀਆ ਪੈਂਦੀ ਨੱਚ ਮਿੱਤਰੋ ਅੱਜ ਕੱਲ ਵੱਧ ਗਿਆ ਕ੍ਰਿਕਟ ਦਾ ਕਰੇਜ਼ ਗੱਲ ਟਕਾਣੀ ਹੈ ਗੱਲ ਟਕਾਣੀ ਹੈ ਖੇਡਿਆ ਸ਼ਾਟ ਸੇਮ ਡਾਇਰੈਕਸ਼ਨ ਰਾਣੀ ਕਹਿੰਦੀ ਇੱਕ ਤੋਂ ਦੋ ਇੱਕ ਤੋਂ ਦੋ ਇੱਕ ਤੋਂ ਦੋ ਨਾ ਮੁਕਾਬਲਾ ਕਹਿੰਦੇ ਤਕੜਾ ਖੇਡਿਆ ਜਾ ਰਿਹਾ ਚੋਟੀ ਦਾ ਰਾਜਾ ਸਾਨਾ ਦਾ ਭੇਡ ਹੈ ਅਗਲੀ ਬਾਲ ਕਰਦਣੀ ਨਵਰੋਜ ਸਿੰਘ ਕਹਿੰਦੇ ਵਧੇਗਾ ਸਾਹਮਣੇ ਦੇਖੋ ਫੌਜੀ ਗੋਬਿੰਦਗੜ੍ਹ ਦੀ ਧਰਤੀ ਦਾ ਤੁਹਾਨੂੰ ਠੱਲ ਪਾਉਣ ਵਾਲਾ ਪਗ ਦੇ ਤਿਆਰ ਰੋਕਣ ਵਾਲਾ ਹੈ ਨਾ ਪਗ ਦੀਆਂ ਪਾਉਣਾ ਰੋਕਣ ਵਾਲਾ ਹੈ ਦੁਨੀਆ ਕਹਿੰਦੀ ਆਹ ਬੰਦੇ ਤੇ ਬਾਲ ਕਰਨੀ ਨਾ ਦਿਲ ਨੀਲੋ ਨਹਿਰ ਦੇ ਪੁਲ ਜਿੰਦਾ ਚਾਹੀਦਾ ਹੈ ਅਗਲੀ ਬਾਲ ਕਰਦਣੀ ਵੱਧ ਹੈ ਨਵਰੋਜ ਸਿੰਘ ਸਾਹਮਣੇ ਦੇਖੋ ਫੌਜੀ ਟਾਰਗੇਟ ਹੈ ਮੈਚ ਵਧੀਆ ਬਣ ਗਿਆ ਇੱਕ ਤਾਰੀ ਮਾਰ ਦੋ ਮੇਰੇ ਵੀਰੇ ਇੱਕ ਤਾਰੀ ਮਾਰ ਦੋ ਇੱਧਰ ਕਹਿੰਦੇ ਹੀਰੇ ਤੇ ਗੱਲ ਖੜੀ ਹੈ ਅੰਬਰ ਦੀ ਗੱਲ ਖੜੀ ਹੈ ਮੇਰੇ ਵੀਰੋ ਉਧਰ ਕਹਿੰਦੇ ਸੋਨੇ ਦੀ ਚੌਂਟੀ ਦੀ ਗੱਲ ਖੜੀ ਹੈ ਉਹ ਬਾਈ ਅਗਲਾ ਸਟੇਟਮੈਂਟ ਕਰਿਆ ਕਰੋ ਯਾਰ ਸ਼ੰਭੂ ਤੇ ਚੌਂਟੀ ਵੱਡੇ ਦੀਆਂ ਬਾਲਾਂ ਦਾ ਕਹਿੰਦੇ ਯਾਰ ਅੰਦਾ ਟਾਰਗੇਟ ਹੈ ਬਈ ਹੁਣ ਘਾਰੀ ਸਰੇ ਰਗਣੀ ਹੈ ਦੋਵੇਂ ਪੰਜਾਬ ਦੀਆਂ ਕਹਿੰਦੇ ਚੋਟੀ ਦੀਆਂ ਟੀਮਾਂ ਸਾਨਾ ਦਾ ਭੇੜ ਹੈ ਨਾ ਕਿ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੂ ਕੱਲ ਜਮਾਨਾ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਦਾਣਿਆਂ ਪੱਟਾਂ ਵਿੱਚ ਜਾਣਾ ਹੈ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਦਾਣਿਆਂ ਪੱਟਾਂ ਵਿੱਚ ਜਾਣਾ ਹੈ ਬਾਕੀ ਜਾਨਾਂ ਜਿਨ੍ਹਾਂ ਦੇ ਵਿੱਚ ਹੈ ਉਹਨੇ ਅੱਜ ਕਹਿੰਦੇ ਮਰੂਤੀਕਾਰ ਜਿੱਤਣੀ ਹੈ ਕੌਣ ਮਰੂਤੀਕਾਰ ਦਾ ਜੇਤੂ ਬਣਦਾ ਹੈ ਗੱਲਾਂ ਸਮੇਂ ਦੀਆਂ ਡਾਢੇ ਦੇ ਹੱਥ ਦੂਰ ਹੈ ਮੇਰੇ ਵੀਰੋ ਵੀ ਸਹਿਬ ਹੱਥ ਵੜਿਆਈਆਂ ਜਿਸ ਭਾਵੇ ਤੇ ਸੱਦੇ ਸਹਿਬ ਹੱਥ ਵੜਿਆਈਆਂ ਜਿਸ ਭਾਵੇ ਤੇ ਸੱਦੇ ਯੋਟੀ ਆ ਵੀ ਇਹ ਅੱਥਰੇ ਘੋੜੇ ਨਹੀਂ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਲਾਈਆਂ ਪੌੜੀ ਫਿਰੇ ਜਵਾਨੀ ਰਾਜੇ ਜੀ ਖੇਲੇ ਹੱਟ ਪਾਸੇ ਲੁਣੀਆਂ ਪੌੜੀ ਫਿਰੇ ਜਵਾਨੀ ਤਕੜਾ ਸ਼ੁਰੂ ਹੋਣੀ ਆ ਰਿਹਾ ਗੱਲ ਕਹਿੰਦੇ ਸਹੀ ਲੱਗਣੀ ਖੇਡਦੇ ਮੈਦਾਨ ਵਿੱਚ ਪੰਜਾਬ ਦੇ ਕਹਿੰਦੇ ਵੱਡੇ ਵੱਡੇ ਪਲੇਅਰ ਪਹੁੰਚੇ ਹੋਏ ਹੈ ਜਿਹਨਾਂ ਨੇ ਆਪਣੇ ਨਾਮ ਦਾ ਕਹਿੰਦੇ ਸਿੱਕਾ ਚਲਾਇਆ ਸ਼ਾਦੀ ਤੋਂ ਪਹਿਲਾਂ ਟੀਮ ਜਿਹੜੀ ਬੈਟਿੰਗ ਤੇ ਪਹੁੰਚ ਜਾਵੇ ਸ਼ਾਦੀ ਤੋਂ ਪਹਿਲਾਂ ਟੀਮ ਜਿਹੜੀ ਬੈਟਿੰਗ ਤੇ ਪਹੁੰਚ ਜਾਵੇ ਇੱਕ ਤਕੜਾ ਮੈਚ ਹੈ ਇੱਕ ਸਰੇ ਦਾ ਦੋਵੇਂ ਟੀਮਾਂ ਪੰਜਾਬ ਦੀਆਂ ਕਹਿੰਦੇ ਤਕੜੀਆਂ ਟੀਮਾਂ ਹੈ ਛੋਟਾ ਜੌਂਟੀ ਵੱਡਾ ਜੌਂਟੀ ਸ਼ੰਭੂ ਇਹਨਾਂ ਤਿੰਨਾਂ ਚੋਂ ਇੱਕ ਨੇ ਉਮਰ ਕਰਨਾ ਹੈ ਨਾ ਦੇਖੋ ਕੌਣ ਤਿਆਰੀ ਕਰੇਗਾ ਖੇਡ ਦੇ ਮੈਦਾਨ ਵਿੱਚ ਨਾ ਦੇਖੋ ਕੌਣ ਤਿਆਰੀ ਕਰਨਾ ਹੈ ਸ਼ਾਦੀ ਤੋਂ ਪਹਿਲਾਂ ਤੋਂ ਓਪਨਰ ਬੱਲੇਬਾਜ਼ ਜਿਹੜੇ ਗਰਾਊਂਡ 'ਚ ਪਹੁੰਚਣ ਸ਼ਾਦੀ ਤੋਂ ਪਹਿਲਾਂ ਹੋਟਲ ਦੀ ਟੀਮ ਨੇ ਤੋਂ ਓਪਨਰ ਬੱਲੇਬਾਜ਼ ਗਰਾਊਂਡ 'ਚ ਪਹੁੰਚਣ ਹੋਟਲਾਂ ਪਿੰਡਾਂ ਢੈਬੀ ਦੇ ਲਾਗੇ ਵੀ ਚੱਲੀ ਜਾਂਦੇ ਨੇ ਰਿਪੀਟ ਉੱਤੇ ਗਾਣੇ ਨੀ ਢੈਬੀ ਵਾਲੇ ਬਿੱਲੇ ਯਾਰ ਦੇ ਕਦੇ ਬਿੱਲੇ ਦੀਆਂ ਗੱਲਾਂ ਆ ਗਈਆਂ ਢੈਬੀ ਵਾਲੇ ਦੀਆਂ ਵੀ ਡੀਜੇ ਬਜਰਾ ਨਿਆਈ ਵਾਲੇ ਖੇਤ ਵਿੱਚ ਬਿੱਲੋ ਤੇ ਰੀਹਾਂ ਕਰਕੇ ਕਹਿੰਦੇ ਢੈਬੀ ਦੇ ਲਾਗੇ ਹੋਰਲਾ ਪਿੰਡ ਹੈ ਕਹਿੰਦੇ ਜੱਗੇ ਹੋਣੀ ਹੈ ਮੈਚ ਸਿਰੇ ਦਾ ਹੈਪੀ ਖੜ ਜਾਣ ਨਾ ਹੋ ਗਿਆ ਨਾ ਅਗਲੇ ਮੈਚ ਗੱਲ ਕਰੀ ਖੜ ਜਾ ਕੇ ਲੈ ਐਨ ਕੁੰਡੀਆਂ ਦੇ ਸਿੰਘ ਫਸੇ ਪਏ ਹੈ ਹੋਰਲਾ ਹੈ ਤੇ ਦੂਸਰੇ ਪਾਸੇ ਮੰਡੀ ਗੋਬਿੰਦਗੜ੍ਹ ਹੈ ਤੇ ਉੱਧਰ ਕਹਿੰਦੇ ਮਰੂਤੀਕਾਰ ਵੀ ਪੁੱਜਣ ਵਾਲੀ ਹੈ ਜਿਹੜੀ ਦਿੱਤੀ ਜਾਣੀ ਨਾ ਸਿਰੇ ਆਓ ਖੜੀ ਆ ਸਾਹਮਣੇ ਮਰੂਤੀ ਇੱਧਰੋਂ ਲਿਆ ਕੇ ਖੜੀ ਕਰੋ ਨਾ ਅਗਲੇ ਦਾ ਕਲੇਜਾ ਨਾ ਜਿਹੜਾ ਕਲੇਜਾ ਉਹ ਤਾਂ ਥਰੇ ਇੱਥੇ ਲੈ ਕੇ ਉਹ ਇੱਥੇ ਇਹਨਾਂ ਨੂੰ ਪਾਸੇ ਕਰੋ ਤੇ ਇੱਧਰ ਲਿਆਓ ਕਰਾ ਉਹਦੇ ਕਹਿੰਦੇ ਮੁਕਾਬਲਾ ਤਕੜਾ ਤੇ ਚੋਟੀ ਦਾ ਕਹਿੰਦੇ ਖੇਡਾ ਇਹਨਾਂ ਦਰਸ਼ਕ ਆ ਗਿਆ ਕਹਿੰਦੇ ਆਪਣੇ ਜਵਾਨ ਦੀ ਧਰਤੀ ਦਾ ਲਹਿਰੇ ਬੜਾ ਜਿਵੇਂ ਫਰੀਦਕੋਟ ਦਾ ਮੁੰਡਾ ਕਹਿੰਦੇ ਪਹੁੰਚਿਆ ਕਹਿੰਦੇ ਇੱਥੋਂ ਜਲੂਰ ਜਾਣਾ ਪੈਂਦਾ ਜਲੂਰ ਤੋਂ ਬਰਨਾਲਾ ਤੇ ਬਰਨਾਲੇ ਤੋਂ ਕਹਿੰਦੇ ਦਰਸ਼ਕ ਨੂੰ ਕਹਿ ਲਈਏ ਪੱਖੋ ਕੈਚੀਆ ਪੱਖੋ ਕੈਚੀਆ ਤੋਂ ਕਹਿੰਦੇ ਹਿੰਮਤਪੁਰਾ ਟੱਲੇ ਵਾਲਾ ਪੁਲ ਹਿੰਮਤਪੁਰਾ ਹਿੰਮਤਪੁਰਾ ਤੋਂ ਸੱਜੇ ਹੱਥ ਮਾਰੂ ਕੇ ਗਿੱਲ ਮਾਰੂ ਕੇ ਗਿੱਲ ਤੋਂ ਬਾਘਾ ਬਾਣਾ ਬਾਘੇ
ਤਕਰੀਬਨ ਤੋਂ ਕਹਿੰਦੇ ਕਹਿ ਸਕਦੇ ਹਾਂ ਜੇ ਇਹਦਾ ਪਿੰਡ ਜਾਂ ਪੰਜ ਕਹਿੰਦੇ ਨੇੜੇ ਵਸਿਆ ਪਿੰਡ ਹੈ ਮੁੰਡਾ ਜਿਹੜੇ ਫਰੀਦਕੋਟ ਤੋਂ ਪਹੁੰਚਿਆ ਅੰਬਰ ਕਹਿੰਦੇ ਜੋਲਬਲ ਦੀ ਧਰਤੀ ਦਾ ਦੋ ਕਹਿੰਦੇ ਪੰਜ ਕਰਾਈ ਹੈ ਇੱਕ ਜਿਹੜੇ ਫਰੀਦਕੋਟ ਨੂੰ ਪੈਂਦੀ ਹੈ ਤੇ ਇੱਕ ਕਹਿੰਦੇ ਜਿਹੜੇ ਮੋਗੇ ਨੂੰ ਬਿਲੋਂਗ ਕਰਦੀ ਹੈ ਤੇ ਇਹ ਮੁੰਡਾ ਕਹਿੰਦੇ ਜਿਹੜਾ ਪੰਜ ਕਹਿੰਦੇ ਪੱਟੀ ਦੇ ਨੇੜੇ ਪਿੰਡ ਇਸ ਗੱਭਰੂ ਦਾ ਨਾ ਕਹਿੰਦੇ ਅਗਲਾ ਬੱਲੇ ਬਾਅਦ ਜਿਹੜਾ ਗਰਾਊਂਡ 'ਚ ਕਹਿੰਦੇ ਪ੍ਰਵੇਸ਼ ਕਰਦਾ ਹੈ ਨਾ ਚ ਤਕੜਾ ਤੇ ਚੋਟੀ ਦਾ ਸ਼ੰਭੂ ਦੀ ਛੋਟੀ ਜੋਟੀ ਦੀ ਵਾਲ ਹੈ ਸਾਹਮਣੇ ਰਵਿੰਦਰ ਸਿੰਘ ਹੈ ਰਵਿੰਦਰ ਸਿੰਘ ਨਾਮ ਹੈ ਤੇ ਦੁਨੀਆ ਛੋਟਾ ਜੋਟੀ ਕਹਿੰਦੀ ਹੈ ਮੇਰੇ ਵੀਰ ਸਟ੍ਰਾਈਕ ਤੇ ਨਵਰੋਜ ਸਿੰਘ ਬਿਰਕ ਪਰਿਵਾਰ ਦਾ ਹੈ ਇਹ ਆ ਹੀਰਾ ਕਹਿੰਦੇ ਹੋਰ ਰੇ ਵਾਲਾ ਜਿਹੜੇ ਜਿਹੜੇ ਹੀਰੇ ਦੇ ਫੈਨ ਆ ਜਿਹੜਾ ਧਾੜੀ ਮਾਰਿਓ ਮੇਰੇ ਵੀਰ ਜਿਹੜੇ ਜਿਹੜੇ ਹੀਰੇ ਦੇ ਫੈਨ ਹੈ ਹੀਰੇ ਦੀ ਖੇਡ ਦੀ ਵੀ ਦੁਨੀਆ ਰੱਜ ਕੇ ਫੈਨ ਹੈ ਰੱਜ ਕੇ ਫੈਨ ਹੈ ਮੇਰੇ ਵੀਰ ਹੀਰਾ ਕਹਿੰਦੇ ਹੋਰ ਰੇ ਦੀ ਧਰਤੀ ਦਾ ਇੱਧਰ ਕਹਿੰਦੇ ਦਮ ਰੱਖਦਾ ਛੋਟਾ ਜੋਟੀ ਵੱਡੇ ਵੱਡੇ ਮੱਲਾਂ ਨੂੰ ਢਾਉਂਦਾ ਦਮ ਰੱਖਦਾ ਛੋਟਾ ਜੋਟੀ ਵੱਡੇ ਮੱਲਾਂ ਨੂੰ ਆਰ ਕਰਦਾ ਲਓ ਛੋਟਾ ਜੋਟੀ ਤੇ ਹੀਰਾ ਹੋਰ ਰੇ ਵਾਲਾ ਮੈਚ ਦੋਨੇ ਡਿੱਗ ਜਾਂਦਾ ਜਿਹੜਾ ਮਾਨਸਾ ਹੈ ਤੇ ਦੂਸਰੇ ਪਾਸੇ ਫਤਿਹਗੜ੍ਹ ਸਾਹਿਬ ਦੀ ਟੀਮ ਹੈ ਛੋਟਾ ਜੋਟੀ ਲਓ ਸਾਹਮਣੇ ਨਵਰੋਜ ਸਿੰਘ ਹੈ ਕਹਿੰਦੇ ਫਿਰਕ ਪਰਿਵਾਰ ਦਾ ਮੁਕਾਬਲਾ ਤਗੜਾ ਤੇ ਚੋਟੀ ਦਾ ਖੇਡਿਆ ਜਾ ਰਿਹਾ ਦੋਵੇਂ ਟੀਮਾਂ ਦੇ ਮੈਣ ਛੋਟੇ ਜੋਟੀ ਦਾ ਕਹਿੰਦੇ ਫਰਿੱਜ ਦੇ ਕੇ ਪੱਟੇ ਮਾਰ ਕੀਤੇ ਗਏ ਮਾਜਰੀ ਦੇ ਕੱਪ ਨੇ ਗੁਰਵਿੰਦਰ ਹੁਣੀ ਕਹਿੰਦੇ ਆਉਂਦੇ ਸਾਲ ਨੂੰ ਬੱਤੀ ਇੰਚ ਦੀ ਐਲਈਡੀ ਦੇਣੀ ਹੈ ਲਓ ਦੇਖੋ ਅਗਲੀ ਬਾਲ ਕਰਦੇ ਨੇ ਛੋਟਾ ਜੋਟੀ ਵੱਧ ਹੈ ਸਾਹਮਣੇ ਕਹਿੰਦੇ ਨਾਮ ਆਜ਼ਾਦ ਹੈ ਲਓ ਦੇਖੋ ਦੇਖੋ ਬਾਲਾਂ ਦੇ ਇੰਜਣ ਕਰਦਾ ਹੈ ਖੜ ਖੜ ਵੇਂਦੇ ਲੋਕੀ ਸਾਰੇ ਯੱਟ ਨੂੰ ਆਉਂਦੇ ਯਾਰ ਰੋਕਣੇ ਤੂਫਾਨ ਯੱਟ ਨੂੰ ਖੜ 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 ਵੇਂਦੇ ਲੋਕੀ ਤੂਫਾਨ ਯੱਟ ਨੂੰ ਬਾਕੀ ਸਾਰੇ ਯੱਟ ਨੂੰ ਦੁਨੀਆ ਖੜ ਕੇ ਵੇਖਦੀ ਹੈ ਇਹ ਆ ਕਹਿੰਦੇ ਨਵਰੋਜ ਸਿੰਘ ਬਿਰਕ ਹੀਰਾ ਹੋਰ ਰਹੀ ਵਾਲਾ ਗੱਲ ਟਿਕਾਣੇ ਲਾ ਕੇ ਛੱਡਦਾ ਯੋਟੀ ਐਨ ਛੱਕਾ ਮਾਰ ਕੇ ਕਹਿੰਦੇ ਘਾ ਜਾ ਜੀ ਰਿਹਾ ਗਾ ਕਹਿੰਦੇ ਤਕੜਾ ਤੇ ਚੋਟੀ ਦਾ ਕਹਿੰਦੇ ਖੇਡ ਹੈ ਖੇਡ ਦੇ ਮਾਰ ਵਿੱਚ ਸਾਹਮਣੇ ਬਾਲਾਂ ਦੇ ਕਹਿੰਦੇ ਇੰਜਣ ਕਰਨ ਵਾਲੀ ਮਸ਼ੀਨ ਹੈ ਨਾ ਦੇਖੋ ਇਹ ਕਹਿੰਦੇ ਬਾਲਾਂ ਦੇ ਇੰਜਣ ਕਰਨ ਵਾਲੀ ਮਸ਼ੀਨ ਹੈ ਇਹ ਜਦੋਂ ਚੱਲਦੀ ਹੈ ਨਾ ਤੇ ਦੁਨੀਆ ਪੰਜਾਬ ਭਰ ਚ ਗੱਲਾਂ ਕਰਦੀ ਹੈ ਕਿ ਅੱਜ ਕਹਿੰਦੇ ਮਸ਼ੀਨ ਨੇ ਫਿਰ ਇੱਕ ਵਾਰੀ ਇੰਜਣ ਕਰਦੇ ਹੈ ਨਾ ਉੱਧਰ ਦੇਖੋ ਫੌਜੀ ਕਹਿੰਦੇ ਦੇਖਾਂਗੇ ਫੌਜੀ ਦਾ ਪਿੰਡੂ ਕਹਿ ਸਕਦੇ ਹੈ ਨਾ ਦੇਖਾਂ ਖੇਡ ਦੇ ਮੈਦਾਨ ਵਿੱਚ ਛੋਟਾ ਜੋਟੀ ਹੈ ਜਿੱਥੋਂ ਦੀਆਂ ਫੈਕਟਰੀਆਂ ਪ੍ਰਸਿੱਧ ਹੈ ਜਿੱਥੇ ਕਾਤਲ ਨੂੰ ਸਰੀਏ ਮਰਦੇ ਹੈ ਪਰ ਆ ਦੇਖੋ ਠੀਕ ਹੈ ਠੀਕ ਹੈ ਹੀਰੇ ਦਾ ਕੰਮ ਦਾ ਤਾੜੀ ਮਾਰ ਦੋ ਕੰਮ ਸਰੀ ਹੈ ਮੇਰੇ ਵੀਰ ਛੋਟੀ ਦਾ ਮੈਚ ਹੈ ਸਰੀ ਦਾ ਤਕੜਾ ਹੈ ਇਹਨਾਂ ਟਿਕਾਣੇ ਗੱਲ ਸਰੀ ਹੈ ਨਜ਼ਾਰਾ ਨਜ਼ਾਰਾ ਇੰਨੇ ਮਾਰੇ ਦਾ ਕੰਮ ਹੈ ਲੈਣੇ ਬੜਾ ਅੰਬਰ ਵੀ ਦੇਖ ਹੱਸੀ ਜਾਂਦਾ ਹੈ ਕਹਿੰਦਾ ਆਹ ਸ਼ੱਕਾ ਦਾ ਜਿਹੜਾ ਇਹਦੀ ਦੁਨੀਆ ਦੀਵਾਰੀ ਦੀ ਪੁਆਇਰ ਦੇ ਸ਼ੱਕਾ ਮਾਰਿਆ ਗੱਭਰੂ ਨੇ ਸਰਾ ਕਰਵਾਤਾ ਹੈ ਬਾਕੀ ਉਹ ਗੱਲ ਹੈ ਉਸਕੋ ਜਿੰਦਾਬਾਦ ਭਾਈ ਸ਼ੇਅਰ ਕਰ ਦਿਓ ਮੈਂ ਰੇਲ ਰੋਕ ਲਈ ਪੂਰੇ ਸਿੱਧਕੇ ਕਿੱਕਰ ਦਾ ਝਾਫਾ ਗੱਭਰੂ ਨੇ ਗੱਭਰੂ ਨੇ ਰੁਕਦੀ ਪੂਰੇ ਸਿੱਧਕੇ ਕਿੱਕਰ ਦਾ ਝਾਫਾ ਐ ਸਰੇ ਕਰਦੀ ਹੈ ਘਾਰੇ ਮੁੰਡੇ ਨੇ ਕਹਿੰਦੇ ਦੁਨੀਆ ਹਲਾ ਕੇ ਰੱਖਦੀ ਹੈ ਨਾ ਉਧਰ ਦੇਖੋ ਅਗਲੀ ਵਾਰ ਹੈ ਮੁਕਾਬਲਾ ਤਕੜਾ ਹੈ ਚੋਟੀ ਦਾ ਤੇ ਅੱਜ ਲਹਿਰੇ ਬੜਾ ਖੋਸੇ ਗੁੜਨ ਅਮਰੀਕ ਵੀ ਜਹਾਜ਼ ਦੀ ਉਡਾਨ ਭਰ ਚੁੱਕਾ ਹੈ ਯੂਰਪ ਪਹੁੰਚ ਗਿਆ ਯਾਨਾ ਯੂਰੋ ਦੇ ਵਿੱਚ ਯੂਰਪ ਦੇ ਦੇਸ਼ਾਂ ਦੀ ਸ਼ੈਰ ਕਰੋ ਸਾਡਾ ਹੈ ਯੋਡੀ ਦਾ ਯਾਰ ਖੋਸਿਆਂ ਵਾਲਾ ਹੈ ਤੇ ਯੂਰਪ ਦੀ ਸ਼ੈਰ ਕਰੇਗਾ ਅੱਜ ਪਿਛੜੇ ਵੀ ਉਡਾਰੀ ਭਰ ਦੇਣੀ ਹੈ ਵਾਈਟ ਬਾਲ ਦਾ ਇਸ਼ਾਰਾ ਹੋਇਆ ਸਤਨਾਮ ਹੈ ਸਾਡਾ ਤੇ ਵਾਈਟ ਬਾਲ ਦਾ ਇਸ਼ਾਰਾ ਦੇ ਦਿੱਤਾ ਹੈ ਤਕੜਾ ਮੈਚ ਖੇਡਿਆ ਹੀ ਆ ਰਿਹਾ ਮੇਰੇ ਵੀਰੋ ਦੁਨੀਆ ਖੜ ਕੇ ਬੈਠ ਕੇ ਆਨੰਦ ਮਾਣ ਰਹੀ ਹੈ ਕੱਲੇ ਕੱਲੇ ਪਲੇਅਰ ਦੀ ਨਿਗਾਹ ਆਹ ਮੈਚ ਤੇ ਲੱਗੀ ਹੋਈ ਹੈ ਵੀ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਟੱਕਰ ਸ਼ਾਕਾ ਲੱਗਦਾ ਲੱਖਾਂ ਧਮੋੜ ਕਹਿੰਦਾ ਇੱਕ ਹਜ਼ਾਰ ਰੁਪਇਆ ਦੇਵਾਂਗੇ ਆਹ ਬਾਤ ਤੇ ਸ਼ਾਕਾ ਲੱਗਦਾ ਧਮੋੜ ਭਾਈ ਲੱਖੇ ਵੱਲੋਂ ਇੱਕ ਹਜ਼ਾਰ ਧਮੋੜ ਵਾਲੇ ਨੇ ਜਿੱਥੇ ਦਸੰਬਰ ਮਹੀਨੇ ਚ 41,000 ਤੇ ਬੈਸਟ ਨੂੰ ਮੋਟਰਸਾਈਕਲ ਹੈ ਦਸੰਬਰ ਚ ਰੌਣਕਾਂ ਲੱਗਦੀ ਹੈ ਧਮੋੜ ਵਾਲਾ 1,000 ਪਹੁੰਚਦਾ ਕਰ ਗਿਆ ਦੇਖੋ ਸਾਹਮਣੇ ਧਮੋੜ ਵਾਲੇ ਨੇ ਵਧੀਆ ਕੱਢੇ ਹੈ ਤੇ ਕਹਿੰਦਾ ਵੀ ਆਹ ਫੜ 500-500 ਦੇ ਦੋ ਨੋਟ ਤੇ ਐਨ ਹੀਰੇ ਨੂੰ ਦੇ ਦੀ ਧਮੋੜ ਵਾਲਾ ਵੀ ਨੋਟਾਂ ਦੀ ਵੀ ਫੜਾਉਂਦਾ ਵੀ ਚਾਹ ਤੱਤੀ ਲੱਗਦੀ ਤੈਨੂੰ ਵੀ ਫੂਕਾ ਮਾਰ ਮਾਰ ਕੇ ਫਾਰਾਂਗੇ ਪੈਸੇ ਤੋਂ ਵੱਧ ਕੇ ਚੀਜ਼ ਗੁਰੇ ਜਿੰਦ ਜਾਨ ਤੇਰੇ ਤੋਂ ਮਾਰਾਂਗੇ ਜਿਹੜਾ ਅੜ ਗਿਆ ਸਾਡੇ ਮੂਹਰੇ 25-25 ਦੇ ਲਿਜਾ ਕੇ ਮਾਰਾਂਗੇ ਪੈਸੇ ਤੋਂ ਵੱਧ ਕੇ ਚੀਜ਼ ਗੁਰੇ ਜਿੰਦ ਜਾਨ ਤੇਰੇ ਤੋਂ ਮਾਰਾਂਗੇ ਹੁਣ ਦੇਖੋ ਛੋਟੇ ਜੋਟੀ ਦੀ ਬਾਲ ਹੈ ਆਹ ਦੇਖੋ
ਕਰ ਦੋ ਸ਼ੇਰ ਜੀ ਨੇ ਨਹੀਂ ਕਰੀ ਰਸਤਾਰੀ ਮਾਰ ਲੈ ਮੇਰੇ ਵੀਰੋ ਆ ਹੀਰਾ ਜੇਕਰ ਆ ਬਾਤੇ ਸ਼ੱਕਾ ਪੈਦਾ ਹੈ 21 ਸਾਲ ਦੀਆਂ ਲੱਖਾਂ ਤੋੜ ਕੇ ਤਾਂ ਹੋਰ ਬੋਲਿਓ ਆ ਬਾਤੇ ਸ਼ੱਕਾ ਪੈਦਾ ਹਰ ਲੜੀ ਨਾ ਸਾਰਾ ਆ ਬਾਤੇ ਸ਼ੱਕਾ ਲੱਗੇ 21 ਸਾਲ ਵੱਡਾ ਜੋਟੀ ਆ ਗਿਆ ਵੱਡਾ ਜੋਟੀ ਆ ਗਿਆ ਪੰਜ ਮੋਟਰ ਸਾਇਕਲ ਜੇ ਤੂੰ ਦੁਨੀਆ ਅਜੂਬਾ ਕਹਿੰਦੀ ਹੈ ਇੱਕ ਗੱਲ ਮਸੀਤਾਂ ਨੇ ਵੇਖ ਲਿਆ ਹੈ ਪਹਿਲਾਂ ਕਹਿੰਦੇ ਹੀਰੇ ਦਾ ਇੰਜਨ ਕੀਤਾ ਸੀ ਫੌਜੀ ਨੇ ਤੇ ਭਾਜੀ ਬਰਾਬਰ ਦੀ ਮੂਰਤੀ ਵੀ ਪੰਡੀਏ ਬਣਾ ਕੇ ਝਾਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਬਣ ਜਾਣਾ ਤੋਤਾ ਸਾਣੀ ਜਾਂ ਬਣ ਜਾਣਾ ਸ਼ਰਮਾ ਜਾਂ ਬਣਾ ਕੇ ਗਾਂਧੀ ਗਣੀ ਦੇ ਤੇਰੇ ਮਣ ਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਰਾਜਾ ਤੈਨੂੰ ਨਾ ਠਾਰਿਆ ਤੂੰ ਕੀ ਜਾਣੇਗਾ ਤੇਰੀ ਹਿੱਕ ਤੇ ਦੀਵਾ ਨਾ ਵਾਲਿਆ ਤੂੰ ਕੀ ਜਾਣੇਗਾ ਤੇਰੀ ਹਿੱਕ ਤੇ ਦੀਵਾ ਨਾ ਵਾਲਿਆ ਤੂੰ ਕੀ ਜਾਣੇਗਾ ਲੱਖਾਂ ਤਮੋੜ ਵਾਲਾ ਕਹਿੰਦਾ ਜੋ ਕਿ ਗੋਬਿੰਦਗੜ ਨੂੰ ਜਿੰਨੇ ਵੀ ਸ਼ੱਕੇ ਵੱਜਦੇ ਆ ਉਹਨੇ 5-500 ਹੈ ਇੱਧਰ ਕਹਿੰਦੇ ਜਿਹੜੇ ਪੈਸੇ ਪੁੱਛ ਗਏ ਆ ਹੀਰੇ ਦੇ ਲਈ ਪੈਸੇ ਪੁੱਛ ਗਏ ਆ ਜਿੰਨੇ ਸ਼ੱਕੇ ਚੌਟੀ ਲੱਗਦੇ ਆ ਉਹਨੇ 5-500 ਹੈ ਸਾਦ ਕੀਤਾ ਹੀਰੇ ਪੈਸੇ ਲੈ ਜੀ ਹੀਰੇ ਹੀਰੇ ਦੀ ਬੈਟਿੰਗ ਵਧੀਆ ਲੱਗੀ ਆ ਤਾਲੀ ਮਾਰ ਦਿਓ ਮੇਰੇ ਵੀਰੋ ਹੀਰੇ ਦੇ ਨਾਂ ਤੇ ਹੀਰਾ ਸਵਾਦ ਕਰ ਗਿਆ ਹੀਰਾ ਸਵਾਦ ਕਰ ਗਿਆ ਰਾਮ ਕਾਬਰਾ ਤਕੜਾ ਦੇ ਚੋਟੀ ਦਾ ਟੂਰਨਾਮੈਂਟ ਦਾ ਸਭ ਤੋਂ ਸਿਰੇ ਦਾ ਮੈਚ ਹੈ ਸਭ ਤੋਂ ਸਿਰੇ ਦਾ ਮੈਚ ਗੱਲਾਂ ਕਹਿੰਦੇ ਸਾਹ ਦੇ ਡੇਰੀ ਹੋਣੀ ਇਹਨਾਂ ਮੈਚਾਂ ਦੀਆਂ ਇਹ ਗੱਲਾਂ ਦੁਨੀਆਂ ਦੇ ਵਿੱਚ ਯੂਟਿਊਬ ਤੇ ਵੀ ਚੱਲਣੀਆਂ ਹੈ ਕੌਣ ਬੈਟਸਮੈਨ ਪੁੱਜੇਗਾ ਨਵਾਂ ਬੈਟਸਮੈਨ ਆ ਗਿਆ ਵਿੱਚ ਅੱਗੇ ਜੱਤ ਦੇ ਕਬੂਤਰ ਚੀਨੇ ਨਹਿਰੋਂ ਪਰ ਚੁਗਦੇ ਦਾਣੇ ਰੱਬ ਦੀਆਂ ਲਿਖੀਆਂ ਨੂੰ ਰੱਬ ਹੀ ਜਾਣੇ ਰੱਬ ਦੀਆਂ ਲਿਖੀਆਂ ਨੂੰ ਰੱਬ ਹੀ ਜਾਣੇ ਭਤੀ ਜਾ ਗਿਆ ਤੇ ਚਾਚਾ ਕਹਿੰਦੇ ਕਰੀ ਤੇ ਵੱਜ ਰਿਹਾ ਜਗਦੀਪ ਸਿੰਘ ਪਿਆਕਾ ਨੋਗਨ ਛਿੱਕਾ ਹੋਰ ਦੇ ਨਾਲ ਸਰਦਾਰ ਜਰਨੈਲ ਸਿੰਘ ਫਿਰ ਕਦੇ ਘਰ ਦੀ ਸੰਤਾਨ ਹੈ ਜੱਗਾ ਕਹਿੰਦੇ ਹੋੜ ਦੇ ਨੀ ਧਰਤੀ ਦਾ ਇਹਨੇ ਵੀ ਕਹਿੰਦੇ ਦੋ ਆਸ਼ਕ ਮਸ਼ੀਨਾਂ ਦਿੱਤੀਆਂ ਤੇ ਇੱਕ ਕਹਿੰਦੇ ਮੁੰਡੇ ਕਹਿ ਸਕਦੇ ਜਿਹੜਾ ਐਲਈਡੀ ਦਾ ਜੇਤੂ ਬਣਿਆ ਜੱਗਾ ਕਹਿੰਦੇ ਹੋੜ ਦੇ ਵਾਲਾ ਦੂਜੇ ਪਾਸੇ ਫਰਿੱਜਾਂ ਦਾ ਮੋਟਰਸਾਈਕਲਾਂ ਦਾ ਮਾਈਕਰੋਵੇਵ ਦਾ ਨਾ ਕੂਲਰਾਂ ਦਾ ਤੇ ਵਾਸ਼ਿੰਗ ਮਸ਼ੀਨਾਂ ਦਾ ਜੇਤੂ ਹੈ ਕਦੇ ਨਾਮ ਜਾਂਦਾ ਹੈ ਕਦੇ ਨਾਮ ਜਾਂਦਾ ਹੈ ਨਾ ਦੇਖੋ ਮੈਚ ਤਕੜਾ ਹੈ ਨਾ ਵੱਡਾ ਜੌਂਟੀ ਪੰਜ ਮੋਟਰਸਾਈਕਲ ਜੇਤੂ ਹੈ ਜਿਹਨੇ ਕਹਿੰਦੇ ਬਾਲ ਕਰਨੀ ਹੈ ਸਾਹਮਣੇ ਦੇਖੋ ਮੁਕਾਬਲਾ ਐਂਡ ਕਹਿੰਦੇ ਤਕੜਾ ਇੱਕ ਸਰੇ ਦਾ ਵੇਖ ਮਸੀਤਾਂ ਵਾਲੇ ਦੁਨੀਆ ਵੇਖ ਦੁਨੀਆ ਵੇਖ ਨਜ਼ਾਰਾ ਲੈਂਦੀ ਰਾਣੀ ਚਾਰਾ ਕਿ ਦੁਨੀਆ ਪੁੱਜੀ ਜਾਂਦੀ ਹੈ ਹੁਮ ਹਮਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਬਦਰਾ ਬਹਿ ਜਾ ਗੋਡੀ ਲਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਬਦਰਾ ਬਹਿ ਜਾ ਗੋਡੀ ਲਾ ਕੇ ਵੀ ਦੂਰੋਂ ਨੇੜੋ ਮੈਚ ਵੇਖਣ ਦੇ ਲਈ ਆਉਂਦੇ ਆ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ ਲੈਣ ਮੈਚਾਂ ਦੇ ਨਿਆਰੇ ਕੋਈ ਬੈਠ ਖੜ ਗਏ ਅੱਜ ਬੋਲਦਾ ਕ੍ਰਿਕਟ ਦਾ ਜਨੂਨ ਦਰਸ਼ਕਾਂ ਦੇ ਸਿਰ ਚੜ ਗਏ ਅੱਜ ਬੋਲਦਾ ਕ੍ਰਿਕਟ ਦਾ ਜਨੂਨ ਦਰਸ਼ਕਾਂ ਦੇ ਸਿਰ ਚੜ ਗਏ ਯਾਰ ਬਾਕੀ ਜਨੂਨ ਹੈ ਨਾ ਦੇਖੋ ਦੁਨੀਆ ਪੱਪਾ ਭਰ ਰਹੀ ਬੈਠੀ ਹੈ ਕਿਉਂਕਿ ਪੱਟੇ ਸਟਾਰ ਹੈ ਆਖਦੇ ਪੱਟੇ ਵੱਲ ਹੈ ਅਗਲੀ ਬਾਰ ਪੰਜ ਮੋਟਰਸਾਈਕਲ ਜਿੱਤੋ ਹੈ ਸਾਹਮਣੇ ਤਿੰਨ ਜਿੱਤੇ ਹੈ ਕੁੱਲ ਬਣਾ ਕੇ 8 ਮੋਟਰਸਾਈਕਲ ਬਾਈ ਗਏ ਦੀ ਕਰੀ ਦੇਖ ਰਹੇ ਹੈ ਕੁੱਲ ਬਣਾ ਕੇ 8 ਮੋਟਰਸਾਈਕਲ ਹੈ ਨਾ ਵੇਖੋ ਮੈਚ ਤਕੜਾ ਹੈ ਚੋਟੀ ਦਾ ਸਾਨਾ ਦਾ ਭੇੜ ਹੈ ਦੁਨੀਆ ਦੇ ਵੱਡੇ ਵੱਡੇ ਖਿਡਾਰੀ ਪਹੁੰਚੇ ਹੋਏ ਹੈ ਅਗਲੀ ਬਾਰ ਵੱਡਾ ਚੌਂਟੀ ਕਹਿੰਦੇ ਗੋਬਿੰਦਗੜ੍ਹ ਦੀ ਧਰਤੀ ਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਉੱਧਰ ਬਾਬੇ ਫਰੀਦ ਦੀ ਨਗਰੀ ਹੈ ਨਾ ਸਭ ਤੋਂ ਮਹਿੰਗੀ ਜਗ੍ਹਾ ਕਹਿੰਦੇ ਫਤਿਹਗੜ੍ਹ ਸਾਹਿਬ ਦੀ ਧਰਤੀ ਨਾ ਦੇਖੋ ਅਗਲੀ ਬਾਰ ਨਾ ਚੌਂਟੀ ਦੀ ਨਾ ਦੇਖੋ ਮੁਕਾਬਲਾ ਤਕੜਾ ਹੈ ਨਾ ਦੇਖਣਾ ਅੰਬਰ ਨੂੰ ਪੂਰਾ ਬੀਟ ਕੀਤਾ ਲਹਿਰੇ ਵਾਲਿਆ ਨਾ ਟਿਕਾਣੀ ਲੱਗੀ ਵੀ ਹੈ ਮੈਚ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਮੇਰੇ ਵੀਰ ਟੱਕਰ
ਸਾਰੇ ਸ਼ੇਰਾਂ ਦੀ ਵੱਜੀ ਪਈ ਹੈ ਅੱਜ ਇੰਨਾ ਬਾਜਵਾ ਦੀ ਧਰਤੀ ਦੇ ਵੀ ਇੰਨਾ ਬਾਜਵਾ ਪਿਓ ਦੇ ਮੁੰਡੇ ਵੇਖ ਲਓ ਮੁੰਡੇ ਸ਼ੌਕ ਬਣਾਉਂਦੇ ਆ ਦਸਾ ਨਹਾ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਆ ਖਰੇ ਖੁੱਟੇ ਦੀ ਪਰਖਿਨਾਂ ਨੂੰ ਕਰਦੇ ਗੱਲ ਤਿਲਕਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਮਿਲਦੇ ਜਫੀਆਂ ਪਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜਫੀਆਂ ਪਾ ਕੇ ਰਨ ਦੱਸੋ ਜੀ ਕਿੰਨੇ ਆ ਕਿੰਨੇ ਰਹਿ ਗਏ ਪੰਜ ਸੱਤ ਰਹਿ ਗਏ ਮੁਕਾਬਲਾ ਤਕੜਾ ਹੈ ਤਰਤਾਲੀ ਹੋ ਗਏ ਤੇ ਸੱਤ ਰਹਿ ਗਏ ਮੇਰੇ ਵੀਰੋ ਸੱਤ ਰਹਿ ਗਏ ਮੇਰੇ ਵੀਰੋ ਦਾ ਮੁਕਾਬਲਾ ਚੋਟੀ ਦਾ ਖੇਡਿਆ ਜਾ ਰਿਹਾ ਹੋਜਰ ਦੇਖੋ ਅਗਲਾ ਓਵਰ ਕਰਨ ਲਈ ਵੱਡਾ ਕਹਿੰਦੇ ਦੇਖਾਂ ਗੋਬਿੰਦਗੜ੍ਹ ਦੀ ਧਰਤੀ ਦਾ ਕਹਿੰਦੇ ਤਿਆਰੀ ਕਰ ਰਹੇ ਆ ਸਾਹਮਣੇ ਜੱਗਾ ਕਹਿੰਦੇ ਹੋਟਲੇ ਬਾਰਾ ਜਿਹਨੇ ਕਹਿੰਦੇ ਆਪਣੀ ਘਾਰੀ ਆਪ ਰਾਜ ਜਾਂਦਾ ਹੈ ਖੇਡ ਦੇ ਮੈਦਾਨਾਂ ਵਿੱਚ ਆਪਣੀ ਘਾਰੀ ਆਪ ਰਾਜ ਜਾਂਦਾ ਹੈ ਬਾਰਾਂ ਬਾਲਾ ਰਨ ਸੱਤ ਸਰੇ ਦਾ ਮੈਚ ਹੈ ਇਹ ਕਾਸਕੋ ਗਰੇਡ ਦਾ ਗੱਬਰ ਸਿੰਘ ਮੇਰੇ ਵੀਰੋ ਇਹ ਕਹਿੰਦੇ ਹੋਟਲੇ ਬਾਰਾ ਜੱਗਾ ਵੀ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਹੋ ਕੇ ਛੱਕੇ ਝੋਕੇ ਮਾਰਦਾ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਐਨ ਸਿਰੇ ਆ ਐਨ ਗੱਲ ਸਿਰੇ ਲੱਗੀ ਹੋਈ ਹੈ ਗਿਆਰਾਂ ਵਾਲਾ ਸੱਤ ਰਹਿ ਗਏ ਗਿਆਰਾਂ ਵਾਲਾ ਸੱਤ ਰਹਿ ਗਏ ਇੱਧਰ ਵੱਜ ਗਏ ਮੇਰੇ ਵੀਰੋ ਇੱਕ ਰਹਿ ਗਿਆ ਸਵਾ ਲੱਖ ਰਨ ਬਾਕੀ ਹੈ ਸਵਾ ਲੱਖ ਰਨ ਬਾਕੀ ਹੈ ਮੁਕਾਬਲਾ ਸਮਾਪਤੀ ਵੱਲ ਅਗਲੀਆਂ ਟੀਮਾਂ ਫਿਰ ਸੋਨੂੰ ਸਨੋਜ ਵਾਲਾ ਵੀ ਤਿਆਰੀ ਕਰ ਲਏ ਅਗਲੇ ਮੈਚਾਂ ਦੀ ਅਗਲੀਆਂ ਟੀਮਾਂ ਹਸਨਪੁਰ ਤੇ ਸ਼ਾਨਾ ਦੋਵੇਂ ਟੀਮਾਂ ਤਿਆਰੀ ਕਰਨ ਤਕੜਾ ਮੈਚ ਹੋਵੇਗਾ ਸਮਾਪਤ ਹੈ ਇਸ ਮੈਚ ਹੋਰ ਜਿੰਦਗੀ ਹੈ ਦੋਵੇਂ ਟੀਮਾਂ ਵਧਾਈ ਦੇ ਪਾਤਰ ਹੈ ਜੀਰੋ ਜੀਰੋ ਮੈਚ ਵਧੀਆ ਲੱਗਿਆ ਤਾਰੀ ਮਾਰ ਰਹੇ ਮੇਰੇ ਵੀਰੋ ਜ਼ੋਰਦਾਰ ਜ਼ੋਰਦਾਰ ਇੱਧਰ ਹੀਰਾ ਕਹਿੰਦੇ ਇੰਜਣ ਕਰ ਗਿਆ